ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ, ਇਰੂਡਾਈਟ ਨਿਊਟ੍ਰੀਸ਼ਨ ਤੋਂ। ਅੱਜ ਆਪਾਂ ਗੱਲ ਕਰਨੀ ਹੈ ਜੋ ਕਿ ਬਹੁਤ ਜ਼ਰੂਰੀ ਟੌਪਿਕ ਸਾਡਾ ਅੱਜ ਦੀ ਡੇਟ ਦੇ ਵਿੱਚ ਹੈ, ਉਹ ਕਰੋਨਾ ਵਾਇਰਸ ਦੇ ਉੱਪਰ ਆ, COVID-19 ਵਾਇਰਸ। ਕਰੋਨਾ ਵਾਇਰਸ ਜਿਹਦੀ ਸ਼ੁਰੂਆਤ ਵੂਹਾਨ ਸਿਟੀ ਚਾਈਨਾ ਤੋਂ ਹੋਈ ਸੀ ਅਤੇ ਕਿੱਦਾਂ ਪੂਰੀ ਦੁਨੀਆ ਦੇ ਵਿੱਚ ਫੈਲ ਗਿਆ, ਯਾਤਾਯਾਤ ਠੱਪ, ਕਾਰੋਬਾਰ ਠੱਪ, ਐਂਡ ਪੂਰੀ ਗਲੋਬਲ ਇਕੋਨਮੀ ਦੇ ਉੱਪਰ ਇਸ ਵਾਇਰਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਆ। ਹੁਣ ਇਹ ਵਾਇਰਸ ਕਾਫੀ ਤੇਜ਼ੀ ਨਾਲ ਇੰਡੀਆ ਦੇ ਵਿੱਚ ਵੀ ਫੈਲਦਾ ਪਿਆ, ਸੋ ਇਹਦੇ ਬਾਰੇ ਆਪਾਂ ਗੱਲ ਕਰਨੀ ਆ। ਇਹਦੇ ਨਾਲ ਹੀ ਬਹੁਤ ਸਾਰੇ ਫੈਕਟ ਆਪਾਂ ਕਰੋਨਾ ਵਾਇਰਸ ਬਾਰੇ ਡਿਸਕਸ ਕਰਨੇ ਆ, ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਨੇ, ਬਹੁਤ ਸਾਰੀ ਗਲਤ ਇਨਫੋਰਮੇਸ਼ਨ ਫੈਲਾਈ ਜਾ ਰਹੀ ਹੈ, ਬਹੁਤ ਸਾਰੇ ਲੋਕ ਪੈਨਿਕ ਕਰਦੇ ਪਏ, ਘਬਰਾਏ ਹੋਏ ਨੇ, ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ। ਸੋ ਸਹੀ ਇਨਫੋਰਮੇਸ਼ਨ ਦੀ ਬਹੁਤ ਕਮੀ ਹੈ, ਮੀਡੀਆ ਨੇ ਸਾਨੂੰ ਡਰਾਉਣ ਤੋਂ ਇਲਾਵਾ ਹੋਰ ਕੁਛ ਨਹੀਂ ਕੀਤਾ। ਮਰ ਜਾਓਗੇ, ਇਹ ਹੋ ਜੂਗਾ, ਵੋ ਹੋ ਜੂਗਾ, ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਜੂਗਾ, ਸੋ ਇੱਦਾਂ ਦੀ ਗੱਲ ਨਹੀਂ ਹੈਗੀ। ਸੋ ਆਪਾਂ ਅੱਜ ਕਰੋਨਾ ਵਾਇਰਸ ਦੇ ਬਾਰੇ ਡਿਟੇਲ ਦੇ ਵਿੱਚ ਗੱਲ ਕਰਨੀ ਹੈ, ਸੋ ਇਸ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਓ। ਸੋ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਕਰੋਨਾ ਵਾਇਰਸ ਦੀ ਸ਼ੁਰੂਆਤ ਵੂਹਾਨ ਸਿਟੀ ਦੀ ਵੈਟ ਮਾਰਕੀਟ 'ਚ ਹੋਈ ਸੀ, ਜਿੱਥੇ ਬਹੁਤ ਸਾਰੇ ਜੰਗਲੀ ਜਾਨਵਰਾਂ ਦਾ ਜਿਹੜਾ ਆ ਮਾਸ ਵੇਚਿਆ ਜਾਂਦਾ। ਸੋ ਉੱਥੋਂ ਇਹ ਅਲੱਗ ਅਲੱਗ ਜਿਹੜਾ ਵਾਇਰਸ ਹੈਗਾ ਆ, ਉਹ ਅਲੱਗ ਅਲੱਗ ਜਾਨਵਰਾਂ ਦੇ ਵਿੱਚ ਦੀ ਹੁੰਦਾ ਹੋਇਆ ਇਨਸਾਨਾਂ ਤੱਕ ਆ ਗਿਆ। ਇਨਸਾਨਾਂ ਦੇ ਵਿੱਚ ਆਉਣ ਤੋਂ ਬਾਅਦ ਇਸ ਵਾਇਰਸ ਨੇ ਹੁਣ ਇਨਸਾਨਾਂ ਤੋਂ ਹੀ ਅਗਲੇ ਦੂਸਰੇ ਇਨਸਾਨਾਂ ਨੂੰ ਸੰਕਰਮਣ ਕਰਨਾ ਸ਼ੁਰੂ ਕਰ ਦਿੱਤਾ ਆ। ਇਹਦਾ ਮਤਲਬ ਹੁਣ ਇਹ ਇਨਸਾਨਾਂ ਤੋਂ ਫੈਲਦਾ ਪਿਆ, ਹੁਣ ਇਹਦੇ ਵਿੱਚ ਜਾਨਵਰਾਂ ਦਾ ਕੋਈ ਰੋਲ ਨਹੀਂ ਹੈਗਾ। ਮੈਂ ਇਹ ਗੱਲ ਸਪੈਸ਼ਲੀ ਤਾਂ ਕਹਿ ਰਿਹਾ ਵੀਡੀਓ ਦੀ ਸਟਾਰਟਿੰਗ 'ਚ, ਕਿਉਂਕਿ ਬਹੁਤ ਸਾਰੇ ਲੋਕ ਚਿਕਨ, ਫਿਸ਼, ਆਂਡਾ ਵਗੈਰਾ ਇਹ ਚੀਜ਼ਾਂ ਨਹੀਂ ਖਾ ਰਹੇ, ਇਹਨਾਂ ਨੂੰ ਖਾਣਾ ਬੰਦ ਕਰ ਦਿੱਤਾ ਹੋਇਆ। ਸੋ ਇਹਦੇ ਤੋਂ ਘਬਰਾਉਣ ਦੀ ਲੋੜ ਨਹੀਂ, ਆਪਾਂ ਦੁੱਧ ਪੀ ਰਹੇ ਹਾਂ, ਦੁੱਧ ਵੀ ਜਾਨਵਰ ਦਾ ਹੀ ਪ੍ਰੋਡਕਟ ਆ, ਸੋ ਮੱਝਾਂ ਗਾਵਾਂ ਵੀ ਜਿਹੜੀਆਂ ਆ ਉਹ ਵੀ ਇਹਦੇ ਅਸਰ 'ਚ ਆ ਸਕਦੀਆਂ। ਲੇਕਿਨ ਹੁਣ ਮੱਝਾਂ ਗਾਵਾਂ ਤੋਂ ਇਹ ਟ੍ਰਾਂਸਫਰ ਨਹੀਂ ਹੋ ਰਿਹਾ, ਹੁਣ ਇਹ ਬੰਦੇ ਤੋਂ ਬੰਦੇ ਨੂੰ ਟ੍ਰਾਂਸਫਰ ਹੋ ਰਿਹਾ, ਠੀਕ ਹੈ। ਸੋ ਵੂਹਾਨ ਸਿਟੀ ਦੇ ਵਿੱਚ ਜਦੋਂ ਸ਼ੁਰੂਆਤ ਦੇ ਵਿੱਚ ਨਵੰਬਰ ਦੇ ਅੱਧ ਦੇ ਵਿੱਚ ਕੁਝ ਕੇਸਿਸ ਆਉਣੇ ਸ਼ੁਰੂ ਹੋਏ ਸੀਗੇ, ਤੇ ਚਾਈਨੀਜ਼ ਗਵਰਨਮੈਂਟ ਨੇ ਸਭ ਤੋਂ ਪਹਿਲੀ ਗਲਤੀ ਇਹ ਕੀਤੀ ਕਿ ਚਾਈਨੀਜ਼ ਗਵਰਨਮੈਂਟ ਨੇ ਇਸ ਗੱਲ ਨੂੰ ਦੱਬਣ ਦੀ ਕੋਸ਼ਿਸ਼ ਕੀਤੀ। ਦਸੰਬਰ ਦੀ ਸ਼ੁਰੂਆਤ ਦੇ ਵਿੱਚ ਅਮਰੀਕਾ ਦੇ ਵਿੱਚ ਜਦੋਂ ਸ਼ੁਰੂਆਤੀ ਲੱਛਣ ਕੁਝ ਇਸ ਬਿਮਾਰੀ ਦੇ ਜਿਹੜੇ ਸਾਹਮਣੇ ਆਉਣ ਸ਼ੁਰੂ ਹੋ ਗਏ ਸੀ, ਅਮੈਰੀਕਨ ਗਵਰਨਮੈਂਟ ਨੇ ਵੀ ਇਸ ਨੂੰ ਕਾਫੀ ਲਾਈਟਲੀ ਲਿਆ। ਲੇਕਿਨ ਜਿਵੇਂ ਜਿਵੇਂ ਟਾਈਮ ਵੱਧਦਾ ਗਿਆ, ਵੂਹਾਨ ਸਿਟੀ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵੱਧਦੀ ਗਈ, ਜਿਹਨਾਂ ਨੂੰ ਰੈਸਪੀਰੇਟਰੀ ਦਿੱਕਤ, ਸਾਹ ਦੀ ਪ੍ਰੋਬਲਮ, ਫੇਫੜਿਆਂ ਦੀ ਪ੍ਰੋਬਲਮ ਆ ਰਹੀ ਸੀ, ਹੌਲੀ ਹੌਲੀ ਉਹਨਾਂ ਨੂੰ ਇਹ ਸਮਝ ਆ ਗਿਆ ਕਿ ਇਹ ਕੋਈ ਛੋਟੀ ਮੋਟੀ ਪ੍ਰੋਬਲਮ ਨਹੀਂ ਹੈ ਅਤੇ ਇਹਦੇ ਉੱਤੇ ਪਰਦਾ ਪਾ ਕੇ ਇਹਨੂੰ ਦੱਬਿਆ ਨਹੀਂ ਜਾ ਸਕਦਾ। ਸੋ ਉਹਨਾਂ ਨੇ ਓਪਨਲੀ ਇਸ ਚੀਜ਼ ਨੂੰ ਮੀਡੀਆ ਦੇ ਵਿੱਚ ਆ ਕੇ ਡਿਸਕਲੋਜ਼ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਪੂਰੇ ਦੇ ਪੂਰੇ ਸ਼ਹਿਰ ਬੰਦ ਕਰਨੇ ਸ਼ੁਰੂ ਕੀਤੇ, ਵੂਹਾਨ ਸਿਟੀ ਨੂੰ ਲੋਕਡਾਊਨ 'ਚ ਲਿਆ, ਫਲਾਈਟਸ ਕੈਂਸਲ ਕੀਤੀਆਂ, ਸ਼ਹਿਰਾਂ ਦੇ ਵਿੱਚ ਆਉਣਾ ਜਾਣਾ ਜਿਹੜਾ ਸੀਗਾ ਉਹ ਬੰਦ ਕੀਤਾ, ਤਾਂ ਕਿ ਘੱਟ ਤੋਂ ਘੱਟ ਜਿਹੜੇ ਆ ਇਹ ਸੰਕਰਮਣ ਫੈਲੇ, ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਬਹੁਤਾ ਨਾ ਜਾਣ। ਲੇਕਿਨ ਉਦੋਂ ਤੱਕ, ਨਿਊ ਈਅਰ ਤੱਕ, 2020 ਦੀ ਸ਼ੁਰੂਆਤ ਤੱਕ ਕਾਫੀ ਸਾਰੇ ਦੇਸ਼ਾਂ ਦੇ ਵਿੱਚ ਲੋਕ ਜਾ ਚੁੱਕੇ ਸੀ ਇਸ ਵਾਇਰਸ ਨੂੰ ਨਾ ਜਾਣਦੇ ਹੋਏ ਆਪਣੇ ਨਾਲ ਕੈਰੀ ਕਰਕੇ। ਸੋ ਮੇਰੇ ਕੋਲ ਇੱਥੇ ਕੁਝ ਸਟੈਟ ਹੈਗੇ ਆ, ਇਹ ਵੀਡੀਓ ਮੈਂ ਮਾਰਚ ਦੇ ਅੱਧ ਵਿੱਚ ਬਣਾ ਰਿਹਾ ਆ, ਸੋ ਹੁਣ ਤੱਕ ਦੇ ਜੋ ਸਟੈਟ ਮੇਰੇ ਕੋਲ ਹੈਗੇ ਆ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਪਹਿਲਾਂ, ਪੂਰੀ ਦੁਨੀਆ ਦੇ ਵਿੱਚ 170,000 ਕੇਸ ਜਿਹੜੇ ਹੈਗੇ ਆ ਕਰੋਨਾ ਵਾਇਰਸ ਦੇ ਪੋਜ਼ਿਟਿਵ ਹੋਏ ਆ, ਜਿਹਦੇ ਵਿੱਚੋਂ ਹਜੇ ਵੀ 85,800 ਕੇਸ ਜਿਹੜੇ ਆ ਉਹ ਐਕਟਿਵ ਕੇਸ ਆ, ਬਾਕੀ ਜਿਹੜੇ ਕੇਸ ਆ ਉਹਨਾਂ ਦਾ ਸਾਨੂੰ ਰਿਜ਼ਲਟ ਜਿਹੜਾ ਆ ਮਿਲ ਚੁੱਕਾ ਆ, ਜਿਹਦੇ ਵਿੱਚੋਂ ਤਕਰੀਬਨ ਜਿਹੜਾ ਹੈ 77,700 ਲੋਕ ਜਿਹੜੇ ਆ ਉਹ ਇਸ ਬਿਮਾਰੀ ਤੋਂ ਰਿਕਵਰ ਹੋ ਚੁੱਕੇ ਨੇ। ਲੇਕਿਨ ਮਾੜੀ ਕਿਸਮਤ ਦੇ ਨਾਲ ਕਹਿ ਲਓ ਜਾਂ ਇਲਾਜ ਦੀ ਕਮੀ ਜਾਂ ਸ਼ੁਰੂਆਤ ਦੇ ਵਿੱਚ ਨਹੀਂ ਪੂਰੀ ਤਰ੍ਹਾਂ ਜਾਣਕਾਰੀ ਹੋਣ ਕਾਰਨ ਲਗਭਗ 6,500 ਤੋਂ ਜ਼ਿਆਦਾ ਲੋਕ ਜਿਹੜੇ ਆ ਉਹ ਇਸ ਬਿਮਾਰੀ ਦੀ ਚਪੇਟ ਕਰਕੇ ਮਾਰੇ ਵੀ ਜਾ ਚੁੱਕੇ ਆ। ਸੋ ਜਿੱਥੇ 6,500 ਮਰੇ ਨੇ ਅਤੇ ਉੱਥੇ 77,700 ਲੋਕ ਰਿਕਵਰ ਵੀ ਹੋਏ ਨੇ, ਠੀਕ ਹੈ ਜੀ। ਸੋ ਇਹ ਇੱਕ ਪੋਜ਼ਿਟਿਵ ਖਬਰ ਆ ਸਾਡੇ ਵਾਸਤੇ। ਇਸ ਵੇਲੇ 85,800 ਐਕਟਿਵ ਕੇਸ ਆ ਜਿਹੜੇ ਲੋਕ ਇਸ ਟਾਈਮ ਇਲਾਜ ਕਰਵਾ ਰਹੇ ਨੇ, ਜਿਹਦੇ ਵਿੱਚੋਂ 92-93% ਲੋਕਾਂ ਦੀ ਕੰਡੀਸ਼ਨ ਕਾਫੀ ਹੱਦ ਤੱਕ ਸਟੇਬਲ ਦੱਸੀ ਜਾ ਰਹੀ ਹੈ ਅਤੇ ਉਹ ਕਾਫੀ ਹੱਦ ਤੱਕ ਇਹ ਚਾਂਸ ਆ ਕਿ ਉਹ ਠੀਕ ਹੋ ਜਾਣਗੇ ਅਤੇ ਉਹ ਠੀਕ ਥੋੜ੍ਹੇ ਆਪਣੇ ਟ੍ਰੀਟਮੈਂਟ ਤੋਂ ਬਾਅਦ ਠੀਕ ਠਾਕ ਆਪਣੇ ਘਰ ਬਿਮਾਰੀ ਤੋਂ ਛੁਟਕਾਰਾ ਪਾ ਕੇ ਵਾਪਸ ਜਾ ਸਕਦੇ ਆ। ਲੇਕਿਨ ਸੇਮ ਉਸੇ ਤਰੀਕੇ ਨਾਲ ਲਗਭਗ 7% ਲੋਕ ਜਿਹੜੇ ਨੇ ਉਹ ਕ੍ਰਿਟੀਕਲ ਦੱਸੇ ਜਾ ਰਹੇ ਨੇ, ਜਿਹਨਾਂ ਦੀ ਮੌਤ ਹੋ ਸਕਦੀ ਹੈ। ਸੋ ਕਾਫੀ ਔਖਾ ਟਾਈਮ ਆ ਇਹ ਸਾਡੇ ਸਾਰਿਆਂ ਵਾਸਤੇ, ਜਿਹਨਾਂ ਲੋਕਾਂ ਦੇ ਫੈਮਿਲੀਜ਼ ਦੇ ਵਿੱਚ ਇਹ ਕਿਸੇ ਨਾ ਕਿਸੇ ਪਰਿਵਾਰ ਦੇ ਮੈਂਬਰ ਨੂੰ ਇਹ ਬਿਮਾਰੀ ਲੱਗੀ ਹੈ, ਸੋ ਕਾਫੀ ਉਹਨਾਂ ਨੂੰ ਸਪੋਰਟ ਦੀ ਲੋੜ ਆ। ਇੰਡੀਆ ਦੇ ਵਿੱਚ ਹਜੇ ਕੇਸਿਸ ਇੰਨੇ ਜ਼ਿਆਦਾ ਨਹੀਂ ਹੈਗੇ, 115 ਕੇਸ ਰਿਪੋਰਟ ਹੋਏ ਆ, ਜਿਹਦੇ ਵਿੱਚ 2 ਲੋਕ ਜਿਹੜੇ ਆ ਉਹਨਾਂ ਦੀ ਕਰੋਨਾ ਵਾਇਰਸ ਦੇ ਕਰਕੇ ਡੈਥ ਵੀ ਹੋਈ ਹੈ। 13 ਕੇਸ ਰਿਕਵਰ ਹੋਏ ਨੇ, 100 ਕੇਸ ਹਜੇ ਐਕਟਿਵ ਆ, ਰੇਸ਼ੋ ਇੱਥੇ ਵੀ ਲਗਭਗ ਇਹੀ ਆ, ਲਗਭਗ 92-93% ਲੋਕ ਜਿਹੜੇ ਆ ਉਹਨਾਂ ਦੀ ਕੰਡੀਸ਼ਨ ਠੀਕ ਆ, 6-8% ਲੋਕ ਜਿਹੜੇ ਨੇ ਉਹ ਹਾਈ ਰਿਸਕ ਦੇ ਵਿੱਚ ਆ। ਸੋ ਦੇਖੋ, ਇੱਥੋਂ ਸਾਨੂੰ ਇੱਕ ਚੀਜ਼ ਤਾਂ ਇਹ ਸਮਝ ਆ ਜਾਂਦੀ ਹੈ ਕਿ ਮੈਂ ਜਾਂ ਤੁਸੀਂ
ਕੀ ਸਾਨੂੰ ਕਰੋਨਾ ਵਾਇਰਸ ਹੋ ਸਕਦਾ ਆ? ਜੀ ਹਾਂ, ਬਿਲਕੁਲ ਹੋ ਸਕਦਾ, ਜਿਸ ਤੇਜ਼ੀ ਨਾਲ ਸਪਰੈਡ ਹੋ ਰਿਹਾ ਆ, ਬਿਲਕੁਲ ਹੋਣ ਦੇ ਚਾਂਸਸ ਆ। ਕਰੋਨਾ ਵਾਇਰਸ ਹੌਲੀ ਹੌਲੀ ਸ਼ਹਿਰਾਂ ਦੇ ਵਿੱਚ ਵੱਧਦਾ ਜਾ ਰਿਹਾ ਆ। ਪੰਜਾਬ ਦੇ ਵਿੱਚ ਕਾਫੀ ਸਾਰੇ ਕੇਸ ਹੁਣ ਸ਼ੁਰੂ ਹੋ ਗਏ ਆ। ਓਡੀਸ਼ਾ ਭੁਵਨੇਸ਼ਵਰ ਦੇ ਵਿੱਚ ਅੱਜ ਇਹ ਕੇਸ ਕਨਫਰਮ ਹੋਇਆ। ਕੇਰਲਾ ਤੇ ਹਰਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਿਸ ਕਰੋਨਾ ਵਾਇਰਸ ਦੇ ਕਨਫਰਮ ਹੋਏ ਆ। ਦਿੱਲੀ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਕਨਫਰਮ ਹੋਏ। ਸੋ ਜੀ ਹਾਂ, ਮੈਨੂੰ ਤੇ ਤੁਹਾਨੂੰ ਕਰੋਨਾ ਵਾਇਰਸ ਹੋ ਸਕਦਾ, ਲੇਕਿਨ ਕੀ ਅਸੀਂ ਕਰੋਨਾ ਵਾਇਰਸ ਦੇ ਨਾਲ ਮਰ ਸਕਦੇ ਹਾਂ? 7% ਚਾਂਸ ਹੈ ਕਿ ਹਾਂਜੀ ਅਸੀਂ ਮਰ ਵੀ ਸਕਦੇ ਹਾਂ, ਲੇਕਿਨ ਸਾਡੇ ਕੋਲ 93% ਚਾਂਸ ਰਿਕਵਰੀ ਦਾ ਵੀ ਹੈਗਾ। ਸੋ ਹਾਹਾਕਾਰ ਮਚਾਉਣ ਦੀ ਲੋੜ ਨਹੀਂ ਹੈਗੀ। ਇਬੋਲਾ ਵਾਇਰਸ ਦਾ ਡੈਥ ਰੇਟ 40% ਸੀ। ਸਾਰਸ ਤੇ ਮਰਸ ਵਾਇਰਸ ਜਿਹੜੇ ਇਸੇ ਹੀ ਕਰੋਨਾ ਵਾਇਰਸ ਦੇ ਪ੍ਰਜਾਤੀ ਦੇ ਵਿੱਚੋਂ ਨੇ, ਉਹਨਾਂ ਦਾ ਡੈਥ ਰੇਟ ਵੀ ਲਗਭਗ 5-7% ਦੇ ਆਸ ਪਾਸ ਹੀ ਸੀ, ਉਨਾ ਕੁ ਹੀ ਇਹਦਾ ਆ। ਉਹਨਾਂ ਬਿਮਾਰੀਆਂ ਨੂੰ ਵੀ ਪੂਰੀ ਤਰ੍ਹਾਂ ਕੰਟਰੋਲ 'ਚ ਕਰਦੇ ਕਰਦੇ ਸਾਲ ਡੇਢ ਸਾਲ ਦਾ ਟਾਈਮ ਲੱਗ ਗਿਆ ਸੀਗਾ। ਵੈਕਸੀਨ ਤਿਆਰ ਕਰਨ ਤੋਂ ਬਾਅਦ ਉਹਦੀ ਯੂਜ਼ ਕਰਨ 'ਚ ਇੰਨਾ ਟਾਈਮ ਲੱਗ ਗਿਆ ਸੀ। ਕਰੋਨਾ ਵਾਇਰਸ ਦੀ ਹਜੇ ਕੋਈ ਵੈਕਸੀਨ ਨਹੀਂ ਹੈਗੀ। ਇਹ ਵੈਕਸੀਨ ਤਾਂ ਨਹੀਂ ਬਣੀ ਹੈਗੀ ਕਿਉਂਕਿ ਕਰੋਨਾ ਵਾਇਰਸ ਇੱਕ ਨਵਾਂ ਵਾਇਰਸ ਆ ਜਿਹੜਾ ਕਿ ਜੈਨੇਟਿਕਲ ਮਿਊਟੇਸ਼ਨ ਦੇ ਨਾਲ ਉਹਨੇ ਆਹ ਰੂਪ ਧਾਰਨ ਕੀਤਾ ਆ। ਸੋ ਇਹਦੀ ਕੋਈ ਮੈਡੀਸਨ ਸਾਡੇ ਕੋਲ ਹਜੇ ਹੈ ਨਹੀਂ, ਲੇਕਿਨ ਅਰਜਨਟੀਨਾ ਜਾਂ ਇਜ਼ਰਾਈਲ ਜਾਂ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਕਾਫੀ ਜ਼ੋਰਾਂ ਨਾਲ ਰਿਸਰਚ ਚੱਲ ਰਹੀ ਹੈ, ਐਂਡ ਕਾਫੀ ਸਾਰੀਆਂ ਜਿਹੜੀਆਂ ਰਿਸਰਚ ਟੀਮਾਂ ਨੇ ਉਹ ਇਹ ਦਾਅਵਾ ਕਰ ਰਹੀਆਂ ਆ ਕਿ ਸਾਡੇ ਕੋਲ ਦਵਾਈ ਜਿਹੜੀ ਹੈ ਅਸੀਂ ਡਿਵੈਲਪ ਕਰ ਲਈ ਆ, ਲੇਕਿਨ ਉਸ ਦਵਾਈ ਨੂੰ ਡਿਵੈਲਪ ਕਰਨ ਤੋਂ ਬਾਅਦ ਹੁਣ ਪ੍ਰੋਡਕਸ਼ਨ ਲਾਈਨ ਦੇ ਵਿੱਚ ਬਣਾਇਆ ਜਾਊਗਾ, ਉਸ ਤੋਂ ਬਾਅਦ ਉਹਦੀਆਂ ਕਿੱਟਾਂ ਬਣ ਕੇ ਪੂਰੀ ਦੁਨੀਆਂ 'ਚ ਫੈਲਾਈਆਂ ਜਾਣਗੀਆਂ। ਦਵਾਈ ਸਾਡੇ ਤੱਕ ਪਹੁੰਚਦੇ ਪਹੁੰਚਦੇ ਹਜੇ ਵੀ ਘੱਟੋ ਘੱਟ 3-4 ਮਹੀਨੇ ਦਾ ਸਮਾਂ ਘੱਟੋ ਘੱਟ ਲੱਗ ਜਾਣਾ। ਅਗਲੀ ਪ੍ਰੋਬਲਮ, ਜਦੋਂ ਕਦੀ ਵੀ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ, ਜਦੋਂ ਕੋਈ ਨਵਾਂ ਵਾਇਰਸ ਸਾਡੇ ਲੋਕਾਂ ਦੇ ਵਿੱਚ ਅਫੈਕਟ ਕਰਦਾ ਆ, ਉਹਦੀ ਦਵਾਈ ਤਿਆਰ ਕਰਨੀ ਪੈਂਦੀ ਆ। ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਆਪਾਂ ਪੂਰੀ ਤਰ੍ਹਾਂ ਡਿਟੇਲਡ ਕਲੀਨਿਕਲ ਰਿਸਰਚ ਦੇ ਵਿੱਚ ਜਾ ਕੇ ਉਹਦੇ ਉੱਪਰ ਪਹਿਲਾਂ ਸ਼ੋਧ ਕਰੀਏ ਅਤੇ ਫਿਰ ਦਵਾਈ ਨੂੰ ਮਾਰਕੀਟ 'ਚ ਲਾਂਚ ਕਰੀਏ। ਨਹੀਂ, ਇੰਨਾ ਟਾਈਮ ਸਾਡੇ ਕੋਲ ਨਹੀਂ ਹੈਗਾ, ਕਿਉਂਕਿ ਕਲੀਨਿਕਲ ਰਿਸਰਚ ਨੂੰ 2-3-5 ਸਾਲ ਵੀ ਲੱਗ ਜਾਂਦੇ ਨੇ। ਸੋ ਇਸ ਵੇਲੇ ਜੋ ਮੈਡੀਸਨ ਜੋ R&D ਕਰਕੇ ਰਿਸਰਚ ਕਰਕੇ ਜੋ ਤਿਆਰ ਕੀਤੀ ਗਈ ਹੈ ਦਵਾਈ, ਉਹਦਾ ਛੋਟੇ ਜਿਹੇ ਗਰੁੱਪ ਦੇ ਉੱਪਰ ਇੱਕ ਟੈਸਟ ਹੋਏਗਾ, ਦੇਖਿਆ ਜਾਊਗਾ ਕਿ ਉਹਨੂੰ ਕੋਈ ਬੈਨੀਫਿਟ ਹੋ ਰਿਹਾ ਲੋਕਾਂ ਨੂੰ ਜਾਂ ਨਹੀਂ, ਉਹਨਾਂ ਦੇ ਲੱਛਣਾਂ 'ਚ ਸੁਧਾਰ ਆ ਰਿਹਾ ਜਾਂ ਨਹੀਂ, ਕਿਤੇ ਉਹਨਾਂ ਦੀ ਹਾਲਤ ਗੰਭੀਰਤਾ ਨਹੀਂ ਹੋ ਰਹੀ, ਇਸ ਦਵਾਈ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ, ਤੇ ਕਾਫੀ ਜਲਦੀ ਕੋਸ਼ਿਸ਼ ਕੀਤੀ ਜਾਊਗੀ ਵੀ ਇਹਨੂੰ ਆਮ ਲੋਕਾਂ ਲਈ ਵੀ ਅਵੇਲੇਬਲ ਕਰਾ ਦਿੱਤਾ ਜਾਵੇ, ਜੋ ਕਿ ਸਹੀ ਤਰੀਕਾ ਇਹੀ ਹੈ। ਸੋ ਜਦੋਂ ਇਹ ਫੈਲਣਾ ਸਟਾਰਟ ਹੋਇਆ ਸੀ, ਉਸ ਟਾਈਮ ਸ਼ੁਰੂਆਤ ਦੇ ਵਿੱਚ ਤਾਂ ਭਾਵੇਂ ਗਵਰਨਮੈਂਟ ਨੇ ਇੱਥੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸਮਝ ਲਿਆ ਵੀ ਇੱਥੇ ਟਾਕੇ ਨਹੀਂ ਗੱਲ ਬਣਨੀ, ਉਹਨਾਂ ਨੇ ਸ਼ਹਿਰਾਂ ਦੇ ਸ਼ਹਿਰ ਲੋਕਡਾਊਨ ਕੀਤੇ, ਸਲੂਟ ਆ ਚਾਈਨਾ ਦੀ ਗਵਰਨਮੈਂਟ ਨੂੰ ਜਿਹਨੇ ਬਹੁਤ ਵੱਡੇ ਐਫਰਟ ਲਏ। 10 ਦਿਨਾਂ ਦੇ ਵਿੱਚ 1000 ਬੈੱਡ ਦਾ ਇੱਕ ਹੋਸਪਿਟਲ ਖੜਾ ਕਰ ਦਿੱਤਾ ਉਹਨਾਂ ਨੇ ਪੱਧਰੇ ਮੈਦਾਨ ਦੇ ਵਿੱਚ, ਜੋ ਕਿ ਬਹੁਤ ਵੱਡੀ ਗੱਲ ਆ, ਖਾਸ ਕਰਕੇ ਕਰੋਨਾ ਪੇਸ਼ੈਂਟਸ ਵਾਸਤੇ, ਕਰੋਨਾ ਵਾਇਰਸ ਪੇਸ਼ੈਂਟਸ ਵਾਸਤੇ। ਉਸ ਹੋਸਪਿਟਲ ਨੂੰ ਕੰਪਲੀਟ ਕਰਦਿਆਂ ਸਾਰ ਹੀ ਉਹਨਾਂ ਨੇ 1600 ਬੈੱਡ ਦਾ ਇੱਕ ਹੋਰ ਹੋਸਪਿਟਲ ਤਿਆਰ ਕਰਨਾ ਨਾਲੋਂ ਨਾਲ ਹੀ ਸ਼ੁਰੂ ਕਰ ਦਿੱਤਾ। ਸਾਡੇ ਦੇਸ਼ 'ਚ ਤਾਂ ਤੁਸੀਂ ਇਸ ਚੀਜ਼ ਬਾਰੇ ਭੁੱਲ ਹੀ ਜਾਓ, ਬਹੁਤ ਔਖਾ ਆ ਕਰਨਾ, ਮੈਨੇਜਮੈਂਟ ਹੈ ਨਹੀਂ, ਲੇਕਿਨ ਉਹ ਲੋਕਾਂ ਨੇ ਬਹੁਤ ਅੱਛੇ ਤਰੀਕੇ ਨਾਲ ਇਹਨੂੰ ਸੰਭਾਲਿਆ। ਇਸ ਸਮਝਦਾਰੀ ਨਾਲ ਅਤੇ ਵਧੀਆ ਅਪਰੋਚ ਨੂੰ ਦੇਖਦੇ ਹੋਏ ਸ਼ੁਰੂਆਤ ਦੇ ਵਿੱਚ ਮੈਂ ਖੁਦ ਇਹ ਗਲਤੀ ਕੀਤੀ ਕਿ ਮੈਂ ਕਰੋਨਾ ਵਾਇਰਸ ਨੂੰ ਮਿਸਜੱਜ ਕੀਤਾ। ਮੈਨੂੰ ਲੱਗਾ ਕਿ ਸ਼ਾਇਦ ਇਹ ਵਾਇਰਸ ਚਾਈਨਾ ਦੇ ਵਿੱਚੋਂ ਜਾਂ ਯੂਰਪ ਦੇ ਵਿੱਚੋਂ ਹੀ ਕੰਟਰੋਲ ਹੋ ਜਾਏਗਾ, ਇੰਡੀਆ ਤੱਕ ਸ਼ਾਇਦ ਨਹੀਂ ਆਏਗਾ। ਲੇਕਿਨ ਮੇਰੀ ਗਲਤੀ ਸੀ ਇਹਦੇ ਵਿੱਚ ਕਿ ਮੈਂ ਇਸ ਨੂੰ ਬਹੁਤ ਲਾਈਟਲੀ ਲਿਆ, ਠੀਕ ਹੈ, ਲੇਕਿਨ ਸਿਚੁਏਸ਼ਨ ਬਹੁਤ ਬਦਲ ਗਈ ਹੈ ਅਤੇ ਆਉਣ ਵਾਲੇ ਸਮੇਂ 'ਚ ਸਿਚੁਏਸ਼ਨ ਹੋਰ ਜ਼ਿਆਦਾ ਖਰਾਬ ਹੋਣ ਦੇ ਚਾਂਸਿਸ ਪੂਰੇ ਹੈਗੇ ਆ। ਇਹ ਬਹੁਤ ਜ਼ਿਆਦਾ ਫੈਲਣ ਵਾਲੀ ਆ ਇਹ ਪ੍ਰੋਬਲਮ। ਸੋ ਉਹਦੇ ਵਾਸਤੇ ਸਾਨੂੰ ਪਹਿਲਾਂ ਤੋਂ ਥੋੜ੍ਹਾ ਜਿਹਾ ਤਿਆਰ ਰਹਿਣਾ ਚਾਹੀਦਾ। ਇੱਥੇ ਇੱਕ ਚੀਜ਼ ਸੋਚਣ ਵਾਲੀ ਇਹ ਵੀ ਹੈਗੀ ਆ ਵੀ ਕੁਝ ਕੁ ਲੋਕ, ਬੇਵਕੂਫ ਲੋਕ ਐਸੇ ਵੀ ਨੇ ਜੋ ਕਿ ਬਾਹਰਲੇ ਵਿਦੇਸ਼ਾਂ ਤੋਂ ਆ ਰਹੇ ਆ, ਐਂਡ ਸ਼ੱਕ ਕੀਤਾ ਜਾ ਰਿਹਾ ਜਾਂ ਉਹਨਾਂ ਦੇ ਟੈਸਟਾਂ ਤੋਂ ਇਹ ਕਨਫਰਮ ਹੋਇਆ ਆ ਕਿ ਉਹਨਾਂ ਨੂੰ ਕਰੋਨਾ ਵਾਇਰਸ ਹੈ, ਉਹਨਾਂ ਦੀ ਬਾਡੀ ਦੇ ਵਿੱਚ COVID-19 ਜਾਂ ਦੂਸਰਾ ਕਰੋਨਾ ਵਾਇਰਸ ਦਾ ਕੋਈ ਫਾਰਮ ਹੈ। ਉਹਨਾਂ ਨੇ ਬੇਵਕੂਫੀ ਇਹ ਕੀਤੀ ਆ ਕਿ ਉਹਨਾਂ ਨੇ ਹੋਸਪਿਟਲ ਤੋਂ ਭੱਜਣ ਦਾ ਡਿਸੀਜਨ ਲੈ ਲਿਆ ਕਿ ਨਹੀਂ ਜੀ, ਸਾਨੂੰ ਹੋਸਪਿਟਲ ਵਾਲਿਆਂ ਨੇ ਕਿਹਾ ਤੁਹਾਨੂੰ ਕਰੋਨਾ ਵਾਇਰਸ ਪੋਜ਼ਿਟਿਵ, ਤੁਹਾਨੂੰ ਇਲਾਜ ਕਰਾਉਣਾ ਚਾਹੀਦਾ, ਅਸੀਂ ਦੌੜ ਜਾਣਾ ਇੱਥੋਂ, ਅਸੀਂ ਸ਼ਹਿਰ ਹੀ ਛੱਡ ਦੇਣਾ। ਦੱਸੋ ਭਲਾ ਸ਼ਹਿਰ ਛੱਡਣ ਦੇ ਨਾਲ ਕਰੋਨਾ ਵਾਇਰਸ ਨਿਕਲ ਜੂ ਤੁਹਾਡੀ ਬਾਡੀ 'ਚੋਂ? ਉਹ ਬੇਵਕੂਫੋ, ਤੁਸੀਂ ਇਹ ਕਿਉਂ ਨਹੀਂ ਸੋਚਦੇ ਹੈਗੇ ਵੀ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਤੁਸੀਂ ਪੋਜ਼ਿਟਿਵ ਆ, ਆਪਣਾ ਟਿਕ ਕੇ ਟ੍ਰੀਟਮੈਂਟ ਕਰਾ ਲਓ।